ਅਸੀਂ ਪਹੁੰਚ ਚੁੱਕੇ ਹਾਂ ਦੇਹਰਾਦੂਨ ਜ਼ੂ ਅਤੇ ਅੰਦਰ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਹੜੇ ਕਿਹੜੇ ਜਾਨਵਰ ਨੇ ਉਰੇ ਦੇਖਣ ਨੂੰ। ਸੋ ਆਓ ਚੱਲੀਏ, ਤੁਹਾਨੂੰ ਦੇਹਰਾਦੂਨ ਜ਼ੂ ਦੇ ਦਰਸ਼ਨ ਕਰਾਈਏ। ਜ਼ੂ ਹੈ ਜਿਹੜਾ ਉਰੇ ਪੱਥਰਾਂ ਨਾਲ ਬਣਾਇਆ ਹੈਗਾ, ਬਹੁਤ ਹੀ ਜ਼ਿਆਦਾ ਸੋਹਣਾ। ਸੋ ਆਓ ਤੁਹਾਨੂੰ ਵੀ ਦਿਖਾਈਏ ਕਿਹੜੇ ਕਿਹੜੇ ਜਾਨਵਰ ਨੇਗੇ ਅੰਦਰ, ਕਿਹੜੇ ਕਿਹੜੇ ਜਾਨਵਰ ਨੇਗੇ, ਕੀ ਕੀ ਦੇਖਣ ਨੂੰ ਮਿਲਦਾ ਅੰਦਰ, ਅਤੇ ਟਿਕਟ ਕਿੰਨੀ ਹੈ, ਸਾਰਾ ਕੁਛ ਤੁਹਾਨੂੰ ਦੱਸ ਦਿਆਂਗੇ। ਅੰਦਰ ਵਹੀਕਲਸ ਦੀ ਰੇਟ ਲਿਸਟ ਲਿਖੀ ਹੋਈ ਹੈਗੀ, ਜੇਕਰ ਤੁਸੀਂ ਆਪਦਾ ਵਹੀਕਲ ਅੰਦਰ ਵਾੜ ਦਿਓਗੇ। ਸੋ ਹੁਣ ਅਸੀਂ ਜਾ ਰਹੇ ਹਾਂਗੇ ਅੰਦਰ, ਕਿੰਨੀ ਟਿਕਟ ਹੁੰਦੀ ਆ ਉਹ ਸਾਰਾ ਤੁਹਾਨੂੰ ਦਿਖਾਵਾਂਗੇ। ਉਰੋਂ ਜਾ ਕੇ ਰਾਈਟ ਦੇ ਵਿੱਚ ਤੁਹਾਨੂੰ ਟਿਕਟ ਕਾਊਂਟਰ ਮਿਲ ਜੂਗਾ, ਆਰੋਂ ਬਾਕੀ ਦਿਖ ਵੀ ਰਿਹਾ ਹੈਗਾ ਟਿਕਟ ਕਾਊਂਟਰ। ਇੱਧਰ ਵਸੁੰਧਰਾ ਦੇ ਨਾਮ 'ਤੇ ਬਹੁਤ ਹੀ ਵੱਡਾ ਫੂਡ ਕੋਰਟ ਬਣਿਆ ਹੋਇਆ ਹੈਗਾ, ਉਰੇ ਖਾ ਪੀ ਸਕਦੇ ਹੋਗੇ। ਅਸੀਂ ਦੇਖਿਆ ਹੈਗਾ, ਅਸੀਂ ਬੈਠੇ ਹੀ ਸੀਗੇ ਕਿ ਪਿੱਛੋਂ ਦੇ ਮੰਕੀ ਆ ਗਿਆ, ਸਾਰੇ ਆਈ ਜਾਂਦੇ ਨੇ ਹੋਏ ਚੜ੍ਹ ਕੇ ਰੇੜੀ ਉੱਪਰ। ਸੋ ਹਾਂਜੀ, ਹੁਣ ਅਸੀਂ ਪਹੁੰਚ ਚੁੱਕੇ ਹਾਂ ਦੇਹਰਾਦੂਨ ਜ਼ੂ ਦੇ ਵਿੱਚ। ਜੇ ਆਪਾਂ ਉਰੇ ਦੇ ਟੈਂਪਰੇਚਰ ਦੀ ਗੱਲ ਕਰੀਏ, ਧੁੱਪ ਬਹੁਤ ਤਿੱਖੀ ਪੈ ਰਹੀ ਆ, ਫਿਰ 26 ਡਿਗਰੀ ਟੈਂਪਰੇਚਰ ਹੈ, ਅਤੇ ਉਰੇ ਦੇ ਜਿਹੜੇ ਟਿਕਟਸ ਨੇ ਉਹਨਾਂ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਿੰਦੀ ਹਾਂ। ਜਿਹੜੀ ਐਂਟਰੀ ਟਿਕਟ ਹੈ ਸਿਰਫ ਤੁਸੀਂ ਐਂਟਰੀ ਲੈਣੀ, ਉਹ ਹੈਗੀ 30 ਰੁਪੀਜ਼। ਜੇ ਤੁਸੀਂ ਐਕੁਏਰੀਅਮ ਨਾਲ ਘੁੰਮਣਾ, ਉਹ ਹੈਗਾ 50 ਰੁਪੀਜ਼। ਅਤੇ ਜੇ ਤੁਸੀਂ ਕੈਕਟਸ, ਰੌਕ ਗਾਰਡਨ, ਹੋਰ ਮਤਲਬ ਆਲੇ ਦੁਆਲੇ ਪੌਦੇ ਦੇਖਣੇ ਨੇਗੇ, ਤਾਂ ਉਹਨਾਂ ਦੇ 10 ਰੁਪੀਜ਼ ਪਰ ਪਰਸਨ ਆ ਟੋਟਲ। ਜੇ ਤੁਸੀਂ ਸਾਰਾ ਕੁਝ ਘੁੰਮਣਾ ਤਾਂ 90 ਰੁਪੀਜ਼ ਟੋਟਲ ਹੋ ਜੂਗਾ, 90 ਰੁਪੀਜ਼ ਪਰ ਹੈਡ, ਤਾਂ ਤੁਸੀਂ ਪੂਰਾ ਸਾਰਾ ਜਿਹੜਾ ਦੇਹਰਾਦੂਨ ਜ਼ੂ ਆ ਘੁੰਮ ਸਕਦੇ। ਸੋ ਅਸੀਂ 90 ਵਾਲੀਆਂ ਟਿਕਟਾਂ 5 ਲੈ ਲਈਆਂ, ਕਿਉਂਕਿ ਅਸੀਂ 5 ਜਣੇ ਅੰਦਰ ਜਾ ਰਹੇ ਹਾਂਗੇ ਘੁੰਮਣ। ਸਾਨੂੰ ਐਂ ਵੀ ਅਸੀਂ ਇੱਕ ਵਾਰੀ ਸਾਰਾ ਹੀ ਦੇਖ ਲਈਏ ਕਿ ਜ਼ੂ ਦੇ ਵਿੱਚ ਦੇਹਰਾਦੂਨ ਵਾਲੇ 'ਚ ਕੀ ਖਾਸ ਹੈ ਇਹੋ ਜਿਹਾ। ਐਕੁਏਰੀਅਮ ਅਸੀਂ ਪਹਿਲੀ ਵਾਰ ਦੇਖਾਂਗੇ ਸਾਰੇ, ਅਤੇ ਤੁਹਾਨੂੰ ਸਾਰਿਆਂ ਦਿਖਾਵਾਂਗੇ ਜੇ ਵੀਡੀਓ ਅੰਦਰ ਅਲਾਊਡ ਹੋਈ ਤਾਂ। ਆਪਣੀਆਂ ਟਿਕਟਸ 460 ਬਣੇ ਨੇ, 10 ਰੁਪਏ ਲੱਗੇ ਨੇ ਸਾਡੇ ਲੋਕਰ ਚਾਰਜਿਸ, ਕਿਉਂਕਿ ਖਾਣ ਪੀਣ ਦਾ ਸਮਾਨ ਅੰਦਰ ਲੈ ਕੇ ਨਹੀਂ ਜਾਣ ਦਿੰਦੇ ਹੈਗੇ। ਸੋ ਅਸੀਂ ਜਿਹੜਾ ਝੋਲਾ ਭਰ ਕੇ ਲਿਆਏ ਸੀ, ਸੁਖਮਨ ਦਿਖਾਈ ਮਾੜਾ ਜਿਹਾ ਝੋਲਾ, ਅਤੇ ਕੋਈ ਕਿਸੇ ਜਾਨਵਰ ਨੂੰ ਪਾ ਵੀ ਨਾ ਦੇ। ਸੋ ਹੁਣ ਅਸੀਂ ਜਾਂਦੇ ਹਾਂ ਅੰਦਰ, ਅਤੇ ਤੁਹਾਨੂੰ ਸਾਰਾ ਦਿਖਾਉਂਦੇ ਹੈਗੇ ਜ਼ੂ ਦਾ ਮਾਹੌਲ ਕਿਵੇਂ ਦਾ ਹੈਗਾ। ਅਸੀਂ ਪਹੁੰਚ ਚੁੱਕੇ ਹਾਂਗੇ ਅੰਦਰ ਜ਼ੂ ਦੇ, ਅਤੇ ਇੱਥੇ ਸਾਰਾ ਤੁਹਾਨੂੰ ਦਿੱਤਾ ਹੋਇਆ ਕਿ ਐਂਟਰੀ ਦਿਸ ਵੇ, ਬਰਡ ਐਡਵੈਂਚਰ, ਕਰੋਕੋਡਾਈਲ, ਸਨੇਕ, ਐਕੁਏਰੀਅਮ ਅਤੇ ਲੈਪਰਡ, ਅਤੇ ਸਾਰਾ ਕੁਛ ਦਿਖਾਉਂਦੇ ਤੁਹਾਨੂੰ ਕਿਵੇਂ ਦਾ ਹੈਗਾ ਜ਼ੂ, ਅਤੇ ਵਰਥ ਇਟ ਹੈਗਾ ਕਿ ਨਹੀਂ ਹੈਗਾ ਇੱਕ ਜਣੇ ਵਾਸਤੇ, ਤਾਂ ਅਸੀਂ ਤੁਹਾਨੂੰ ਸਾਰਾ ਕੁਛ ਅੱਗੇ ਅਪਡੇਟ ਦਿੰਦੇ ਰਹਾਂਗੇ। ਅਤੇ ਆਲੇ ਦੁਆਲੇ ਦੇਖੋ, ਸਾਰਾ ਗਰੀਨਰੀ ਦੇ ਵਿੱਚ ਬਣਿਆ ਹੋਇਆ ਹੈਗਾ, ਬਹੁਤ ਸੋਹਣਾ ਹੈਗਾ। ਜਾ ਰਹੇ ਹਾਂ ਅਸੀਂ ਐਵੀਅਰੀ, ਮਤਲਬ ਬਰਡਸ ਸਾਰੇ ਦੇਖਣ ਜਾ ਰਹੇ ਹਾਂਗੇ। ਸੋ ਕਮਲ ਖੜ ਗਈ, ਅਤੇ ਤੁਹਾਨੂੰ ਦਿਖਾਉਂਦੇ ਹਾਂਗੇ ਕਿ ਕਿਹੜੇ ਕਿਹੜੇ ਬਰਡਸ ਨੇਗੇ, ਦੇਖਦੇ ਹਾਂਗੇ ਕਿ ਕਿਹੜੇ ਬਰਡਸ ਨੇਗੇ। ਦੇਖੋ ਕਿੰਨੇ ਸੋਹਣੇ ਲੱਗਦੇ ਨੇ, ਨੇਚਰ ਨੂੰ ਸਾਂਭਿਆ ਹੋਇਆ ਹੁੰਦਾ ਜ਼ੂ ਨੇ, ਤਾਂ ਕਰਕੇ ਆਪਾਂ ਦੂਰੋਂ ਦੂਰੋਂ ਲੋਕ ਦੇਖਣ ਆਉਂਦੇ ਹਾਂਗੇ ਇਹਨਾਂ ਨੂੰ, ਜਿਹੜੇ ਮਤਲਬ ਕਿ ਖਤਮ ਹੋਣ ਦੀ ਕਗਾਰ ਤੇ ਹੁੰਦੇ ਨੇ ਉਹਨਾਂ ਨੂੰ ਸਾਂਭ ਕੇ ਰੱਖਿਆ। ਹਾਈ ਡੈਡੀ, ਕਿੰਨੇ ਸੋਹਣੇ ਬਰਡਸ ਨੇਗੇ, ਬਹੁਤ ਸੋਹਣੇ ਬਰਡਸ ਨੇ ਆਹ ਵਾਲੇ, ਇਹਨਾਂ ਦੇ ਨਾਮ ਤੁਹਾਨੂੰ ਦੱਸ ਦਿਆਂਗੇ। ਕਿਹੜੇ ਬਰਡਸ ਨੇ, ਕੋਕੇਟੀਅਲ, ਕੋਕੇਟੀਅਲ ਮਤਲਬ ਐਪ ਤੋਤੇ ਵਾਂਗੂ ਲੱਗਦੇ ਨੇ ਪਰ, ਹਾਂ ਕਿੰਨੇ ਸੋਹਣੇ ਨੇ ਨਾ ਇਹਨਾਂ ਦੇ ਪੰਖ, ਹਾਂ ਗ੍ਰੀਨ ਗ੍ਰੇ ਪੰਖ ਜੇ, ਕਿੰਨੇ ਸੋਹਣੇ ਸਿਰ ਤੇ ਆਹ, ਤਾਂ ਅਸੀਂ ਤੁਸੀਂ ਦੇਖ ਸਕਦੇ ਹੋਗੇ, ਆਰੇ ਪਿਕਚਰ ਵੀ ਆ ਉਵੇਂ ਦੇ ਹੀ ਨੇ।
ਹੈਗੇ ਨੇਗੇ ਕਾਲਿਜ ਪੀਜ਼ੈਂਟ ਪੀਜ਼ੈਂਟ ਮੇ ਬੀ ਸੁੱਤੇ ਸਾਤੇ ਪਏ ਹੋਣਗੇ ਬਤਾਉਂਦੇ ਘਰੇ ਅੰਦਰ ਸੋ ਰਹੇ ਹੋਣਗੇ ਹਾਂ ਕਿਉਂਕਿ ਅਸੀਂ ਆਈ ਦੁਪਹਿਰ 'ਚ ਆਗੇ ਵਿਚਾਰੇ ਸੁੱਤੇ ਪਏ ਨੇਗੇ ਅਤੇ ਹੁਣ ਅਸੀਂ ਜਾ ਰਹੇ ਹਾਂਗੇ ਪੈਰਟਸ ਦੇਖਣ ਇਹ ਹੈਗਾ ਜੀ ਪਲੰਮ ਹੈਡਡ ਪੈਰਾਕਿਟ ਪਲੰਮ ਹੈਡਡ ਪੈਰਾਕਿਟ ਤੁਸੀਂ ਦੇਖ ਸਕਦੇ ਜੀ ਉੱਪਰ ਬੈਠੇ ਨੇਗੇ ਹਾਂਜੀ ਹਾਂ ਹਰ ਇੱਕ ਚੀਜ਼ ਵਾਂਗੂ ਨੇ ਹਰ ਇੱਕ ਚੀਜ਼ ਕਿੰਨੀ ਸੋਹਣੀ ਹੈਗੀ ਇਹਨਾਂ ਦੀ ਬਹੁਤ ਸੋਹਣੇ ਲੱਗਦੇ ਨੇ ਜੀ ਮਲਟੀ ਕਲਰ ਜਿਹੇ ਲੱਗਦੇ ਨੇ ਸੋ ਅੱਗੇ ਹੈਗੇ ਨੇਗੇ ਔਰੇਂਜ ਕਲਰ ਦੇ ਨੇ ਨਾ ਕਮਲ ਸਨ ਪੈਰ ਸਨ ਦਾ ਰੂਪ ਹੈ ਤੁਸੀਂ ਦੇਖੋ ਕਿੰਨੇ ਸੋਹਣੇ ਨੇ ਆ ਤੁਹਾਨੂੰ ਦਿਖਾਈਏ ਐਵੇਂ ਨੇ ਸਨ ਪੈਰ ਗ੍ਰੀਨ ਕਲਰ ਦੇ ਫਰ ਨੇ ਇਹਨਾਂ ਨੇ ਸੋ ਅੱਗੇ ਤੁਹਾਨੂੰ ਦਿਖਾਉਂਦੇ ਹੈਗੇ ਹੋਰ ਕਿਹੜੇ ਕਿਹੜੇ ਜਾਨਵਰ ਨੇਗੇ ਹੁਣ ਅਸੀਂ ਦੇਖਿਆ ਕਿ ਇੱਧਰ ਕੋਈ ਬੋਰਡ ਵਗੈਰਾ ਲੱਗਿਆ ਨਹੀਂ ਹੋਇਆ ਸੋ ਜਿਹਨੂੰ ਜਿਹਨੂੰ ਜੋ ਕੁਛ ਸਮਝ ਆਈ ਜਾਂਦਾ ਸਮਝ ਚਲੋ ਸਾਨੂੰ ਤਾਂ ਮੁਰਗੇ ਜੇ ਲੱਗੇ ਜਾਂਦੇ ਨੇ ਇੱਕ ਆਸੀ ਮੈਂ ਆ ਦੇਖੋ ਇੱਕ ਆਰੇ ਬੈਠਾ ਕਿੰਨੇ ਮੋਟੇ ਹੋਏ ਹੋਏ ਨੇ ਖਾ ਪੀ ਕੇ ਉੱਠਿਆ ਵੀ ਨਹੀਂ ਜਾਂਦਾ ਨਿਸਲੇ ਪਏ ਨੇ ਟੈਟ ਹੋਏ ਪਏ ਨੇ ਅੱਜ ਤਾਂ ਸੋ ਹੁਣ ਅਸੀਂ ਜਾ ਰਹੇ ਹਾਂਗੇ ਵਾਪਸ ਉੱਧਰਲੀ ਸਾਈਡ ਅਤੇ ਉਸ ਤੋਂ ਅੱਗੇ ਦਿਖਾਉਂਦੇ ਹੈਗੇ ਕਿ ਕਿਹੜੇ ਕਿਹੜੇ ਜਾਨਵਰ ਨੇ ਸਾਨੂੰ ਦੇਖਣ ਨੂੰ ਮਿਲਣਗੇ ਅਤੇ ਆਲੇ ਦੁਆਲੇ ਤੁਸੀਂ ਨੇਚਰ ਦੇਖੋ ਕਿੰਨੇ ਸੋਹਣੇ ਸੋਹਣੇ ਦਰੱਖਤ ਲੱਗੇ ਹੋਏ ਨੇ ਇਹ ਵੀ ਨੇਚਰ 'ਚ ਰਹਿਣਾ ਪਸੰਦ ਕਰਦੇ ਨੇਗੇ ਬਰਡਸ ਦੇਖ ਕੇ ਅਸੀਂ ਜਾ ਰਹੇ ਹਾਂਗੇ ਇੱਧਰਲੀ ਸਾਈਡ ਅਤੇ ਦੇਖਦੇ ਹਾਂਗੇ ਕਿ ਇੱਧਰਲੀ ਸਾਈਡ ਕਿਹੜੀ ਕਿਹੜੇ ਜਾਨਵਰ ਸਾਨੂੰ ਦੇਖਣ ਨੂੰ ਮਿਲਣਗੇ ਚਲੋ ਚਲੋ ਫਟਾਫਟ ਚੱਲੀ ਹੁਣ ਅਸੀਂ ਹੈਗੇ ਨੇ ਜੀ ਬਾਂਸ ਦੇ ਦਰੱਖਤ ਅਤੇ ਇੱਧਰ ਹੈਗੇ ਨੇ ਮੇਰੇ ਹਿਸਾਬ ਨਾਲ ਮੋਟੇ ਮੋਟੇ ਪੈਰਟਸ ਅਲੈਗਜ਼ੈਂਡਰਾਈਨ ਹਾਂ ਅਲੈਗਜ਼ੈਂਡਰਾਈਨ ਪੈਰਾਕੇਟ ਨੇ ਬਹੁਤ ਵਧੀਆ ਨੇਗੇ ਮੋਟੇ ਮੋਟੇ ਜਿਹੇ ਨੇ ਥੋੜੇ ਜਿਹੇ ਹਾਂ ਸੋ ਅੱਗੇ ਇਹਨਾਂ ਦੇ ਵਿੱਚ ਰੋਜ਼ ਰਿੰਗਡ ਪੈਰਾਕੀਟ ਨੇ ਮਤਲਬ ਇੱਕ ਕਿਸਮ ਦੇ ਨੇ ਨਾਮ ਡਿਫਰੈਂਟ ਨੇ ਪੈਰਾਕੀਟ ਇੱਕ ਉਹ ਆ ਗਈ ਟਾਈਪ ਆ ਗਈ ਹਾਂਜੀ ਅੱਗੇ ਛੋਟੇ ਛੋਟੇ ਨੇ ਹਾਏ ਮੋਟੀ ਨਸਲ ਦਾ ਫਰਕ ਹੈ ਸਕਾਈ ਬਲੂ ਕਲਰ ਦੇ ਕੁੜੀਆਂ ਕੀ ਕਹਿੰਦੇ ਨੇ ਸਾਡਾ ਚਿੜੀਆਂ ਦਾ ਚੰਬਾ ਹੀ ਚੰਬਾ ਹੁੰਦਾ ਬਸ ਸਾਡਾ ਚਿੜੀਆਂ ਦਾ ਚੰਬਾ ਵੇ ਮਾਮਲੇ ਸਾਈ ਉੜ ਜਾਣਾ ਸਾਡੀ ਲੰਮੀ ਉਡਾਰੀ ਵੇ ਬਾਬਲ ਕਿਹੜੇ ਦੇਸ ਜਾਣਾ ਡੈਡੀ ਇਮੋਸ਼ਨਲ ਹੋਵੇ ਕੋਈ ਨਾ ਡੈਡੀ ਹਜੇ ਨਹੀਂ ਜਾਂਦੇ ਸੋ ਅੱਗੇ ਦਿਖਾਉਣੇ ਇਹ ਹੈਗੇ ਨੇ ਬੱਜਰੀਗਰ ਕਲਰ ਦੇਖੋ ਇਹਨਾਂ ਦੇ ਇੰਨੇ ਸੋਹਣੇ ਸੋਹਣੇ ਨੇ ਵਿੱਚ ਯੈਲੋ ਵਿੱਚ ਡਾਰਕ ਪਿਆਰੇ ਪਿਆਰੇ ਕਿਊਟੀ ਕਿਊਟ ਨੇ ਸੋ ਹੁਣ ਤੁਹਾਨੂੰ ਦਿਖਾਉਂਦੇ ਹੈਗੇ ਸਾਈਡ ਹੁਣ ਤੁਹਾਨੂੰ ਦਿਖਾਉਂਦੇ ਹੈਗੇ ਅੱਗੇ ਇਹ ਹੈਗੇ ਨੇ ਲਵ ਬਰਡਸ ਜੋ ਸਿਰਫ ਸਾਨੂੰ ਦੋ ਹੀ ਦਿਖ ਰਹੇ ਨੇਗੇ ਸਾਹਮਣੇ ਬੈਠੇ ਨੇਗੇ ਲਵ ਬਰਡਸ ਬੈਠੇ ਨੇਗੇ ਇਹਨਾਂ ਨੂੰ ਕਹਿੰਦੇ ਨੇ ਲਵ ਬਰਡਸ ਸੋ ਅੱਗੇ ਚੱਲੀਏ ਅਤੇ ਤੁਹਾਨੂੰ ਦਿਖਾਉਂਦੇ ਹੈਗੇ ਅੱਗੇ ਇਹ ਹੈਗਾ ਸਿਲਵਰ ਫੀਜ਼ੈਂਟ ਸਿਲਵਰ ਫੀਜ਼ੈਂਟ ਬਾਕੀ ਤਾਂ ਵਿਚਾਰਿਆਂ ਦੇ ਰੰਗ ਖਰਾਬ ਹੋ ਗਏ ਤੇ ਵਿਚਾਰੇ ਜਿਹੜਾ ਦੇਖੋ ਇਹਦੇ ਪਰ ਕਿੰਨਾ ਮੋਟਾ ਹਨਾ ਜੁੰਜ ਪੈਰ ਪਰ ਤੇ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਕਰਿਆ ਹੋਇਆ ਬਹੁਤ ਸੋਹਣਾ ਹੈਗਾ ਚਲੋ ਅੱਗੇ ਚੱਲੀਏ ਸੋ ਅੱਗੇ ਦੇਖਦੇ ਹਾਂ ਕੀ ਦੇਖਣ ਨੂੰ ਮਿਲਦਾ ਹੈਗਾ ਇਹ ਹੈਗਾ ਗੋਲਡਨ ਫੀਜ਼ੈਂਟ ਸੇਮ ਹੀ ਹੈਗਾ ਬਟ ਇਹਦਾ ਬਸ ਥੋੜਾ ਕਲਰ ਹੈ ਜਿਵੇਂ ਕਿ ਤੁਹਾਨੂੰ ਦਿਖਾਉਂਦੇ ਆ ਉਹ ਡੱਬੇ ਇਹਦੇ ਵਿੱਚ ਬੈਠਾ ਹੈਗਾ ਦੇਖੋ ਤੁਹਾਨੂੰ ਸ਼ਾਇਦ ਦਿਖ ਰਿਹਾ ਹੋਵੇ ਵਿਚਾਰਾ ਬੈਠੇ ਹੀ ਵਾਲਾ ਨੇਰੇ ਚ
ਐਵੇਂ ਦਾ ਹੈਗਾ, ਤੁਸੀਂ ਆਪਣੇ ਦੇਖ ਸਕਦੇ ਹੋ, ਤੁਹਾਨੂੰ ਦਿਖਾਵਾਂ, ਐਵੇਂ ਦਾ ਹੈਗਾ। ਅਸੀਂ ਆਪਦੀ ਅੱਖਾਂ ਨਾਲ ਤਾਂ ਦੇਖ ਰਹੇ ਹਾਂ ਪਰ ਬਿਆਨ ਨਹੀਂ ਕਰ ਸਕਦੇ ਕਿ ਕਿੰਨੀ ਸੋਹਣੀ ਸੋਹਣੀ ਚੀਜ਼ਾਂ ਨੇਗੀਆਂ। ਤੁਸੀਂ ਦੇਖੇ ਨੇ ਹੁਣ ਤੱਕ ਇਹ ਸਾਰੀਆਂ ਪੈਰਟਸ ਦੀਆਂ ਕਿਸਮਾਂ ਸੀਆਂ, ਜਿਵੇਂ ਪੈਰਾਕੀਟ ਹੋ ਗਿਆ, ਅਲੈਗਜ਼ੈਂਡਰਾਈਨ, ਹਿਮਾਲਿਅਨ, ਮੱਕੀ ਫੀਜ਼ੈਂਟ ਵਗੈਰਾ ਹੋ ਗਏ, ਇਹ ਪੈਰਾਕੀਟ ਨੇਗੀ। ਸੋ ਅੱਗੇ ਦੇਖ ਦਿਆਂਗੇ, ਆਹ ਰਸਤਾ ਐਵੇਂ ਦਾ ਤੁਸੀਂ ਜਾ ਸਕਦੇ ਹੋ, ਉਰੇ ਆ ਕੇ ਦੇਖ ਸਕਦੇ ਹੋ, ਬਹੁਤ ਹੀ ਵਧੀਆ ਲੱਗ ਰਿਹਾ ਹੈਗਾ, ਸ਼ਾਂਤ ਮਾਹੌਲ ਹੈ। ਅਸੀਂ ਦੇਖ ਰਹੇ ਹਾਂ ਅਤੇ ਤੁਹਾਨੂੰ ਦਿਖਾ ਰਹੇ ਹਾਂਗੇ ਪੀ ਫੋਲ, ਅਤੇ ਉੱਧਰੋਂ ਦੇਖੋ ਕਿੰਨੇ ਸੋਹਣੇ ਪੰਖ ਨੇ ਜਿਹੜੇ ਪੀ ਫੋਲ ਨੇ, ਮੋਰ ਵੀ ਕਹਿ ਦਿੰਦੇ, ਮਯੂਰ ਵੀ ਕਹਿ ਦਿੰਦੇ ਨੇ, ਜੈਸੇ ਵਨ ਮੇਂ ਨਾਚੇ ਮੋਰ। ਹਾਂਜੀ ਹਾਂ, ਇੱਕ ਤਾਂ ਨੀਚੇ ਬੈਠਾ ਹੈਗਾ ਇੱਧਰਲੀ ਸਾਈਡ, ਅਤੇ ਇੱਕ ਨੇ ਥੋੜ੍ਹੇ ਜਿਹੇ ਪੰਖ ਆਪਦੇ ਉਹ ਕਰਕੇ ਨੇਗੇ ਖੰਡਿਆ ਰੱਖੇ ਨੇ ਥੱਲੇ ਨੂੰ। ਸਾਹਮਣੇ ਬੈਠੇ ਨੇਗੇ ਇਹ ਹੈਗੇ ਨੇ ਰੈੱਡ ਐਂਡ ਗ੍ਰੀਨ ਮਕਾਓ, ਅਤੇ ਆ ਰਹੇ ਤੁਸੀਂ ਦੇਖ ਸਕਦੇ ਹੋਗੇ ਸਾਹਮਣੇ ਬੈਠੇ ਨੇਗੇ, ਸ਼ਾਂਤ ਜਮਾਂ, ਬਹੁਤ ਜ਼ਿਆਦਾ ਸੋਹਣੇ, ਬਹੁਤ ਸੋਹਣੇ ਲੱਗਦੇ ਨੇ। ਸੋ ਆਓ ਚੱਲੀਏ, ਆਰੇ ਵੀ ਉਵੇਂ ਲੱਗਿਆ ਹੋਇਆ ਹੈਗਾ ਸਾਰੇ ਬਰਡਸ ਵਗੈਰਾ ਬਾਰੇ। ਸੋ ਹੁਣ ਅਸੀਂ ਪੀਂਦੇ ਹੈਗੇ ਪਾਣੀ, ਡਰਿੰਕਿੰਗ ਵਾਟਰ ਵੀ ਉਰੇ ਹੈਗਾ, ਅਤੇ ਡਰਿੰਕ ਕਰ ਸਕਦੇ ਹੋ ਤੁਸੀਂ ਪਾਣੀ ਉਰੋਂ। ਸੋ ਡਰਿੰਕਿੰਗ ਵਾਸਤੇ ਪਾਣੀ ਉਰੋਂ ਲੈ ਸਕਦੇ ਹੋ ਤੁਸੀਂ। ਆਹ ਜਿਹੜਾ ਤੁਸੀਂ ਦੇਖ ਰਹੇ ਹੋਗੇ ਅਫਰੀਕਨ ਗ੍ਰੇ ਪੈਰਟ, ਆਹਰੀ ਬੈਠਾ ਹੈਗਾ। ਹੈਲੋ ਵੀਰੇ, ਕਿਵੇਂ ਹੈ? ਇਹ ਚੀਜ਼ੀ ਖਾ ਰਹੇ ਨੇ। ਹੈਲੋ, ਹਾਉ ਆਰ ਯੂ? ਬਾਏ। ਵੱਖ ਵੱਖ ਦੇਸ਼ਾਂ ਜਿਹੜੇ ਉਰੇ ਜਾਨਵਰ ਨੇ ਸਾਹਮਣੇ ਹੋਏ ਨੇ। ਬਾਏ। ਸੋ ਹੁਣ ਸਾਰੇ ਜਣੇ ਜਾ ਰਹੇ ਨੇ ਅੱਗੇ ਭੱਜ ਕੇ, ਤਾਂ ਕਿ ਵੀ ਆਪਾਂ ਲੇਟ ਨਾ ਹੋ ਜਾਈਏ, ਤਾਂ ਕਿ ਅਸੀਂ ਜਿਹੜਾ ਪੂਰਾ ਜ਼ੂ ਆ ਉਹ ਕਵਰ ਕਰ ਸਕੀਏ। ਸੋ ਅੱਗੇ ਚੱਲਦੇ ਹਾਂ ਫਟਾਫਟ। ਢਾਬੇ 'ਤੇ ਗਿਆ, ਉਹ ਕਹਿੰਦਾ ਵੀ ਇੱਕ ਆਂਡੇ ਦੀ ਭੁਰਜੀ ਬਣਾ ਦੇ, ਅਤੇ ਦੋ ਬੰਦੇ ਅਸੀਂ ਖਾਣ ਵਾਲੇ ਹਾਂ ਅਤੇ ਬਾਕੀ ਬਚਣੀ ਪੈਕ ਕਰ ਦੇ। ਉਹ ਕਹਿੰਦਾ ਭਾਈ ਸਾਹਿਬ ਆਂਡਾ ਮੁਰਗੀ ਦਾ, ਛਤਰ ਮੁਰਗ ਦਾ ਨਹੀਂ, ਉਹ ਛਤਰ ਮੁਰਗ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਸੋ ਅਸੀਂ ਜੀ ਛਤਰ ਮੁਰਗ ਜਿਹਨੂੰ ਆਪਾਂ ਇੰਗਲਿਸ਼ 'ਚ ਕਹਿੰਦੇ ਹਾਂ ਆਸਟ੍ਰਿਚ, ਤੁਹਾਨੂੰ ਅੱਗੇ ਜਾ ਕੇ ਕਲੀਅਰ ਦਿਖਾਉਂਦੇ ਹਾਂ। ਸੋ ਅਸੀਂ ਪਹੁੰਚ ਗਏ ਜੀ ਆਸਟ੍ਰਿਚ ਨੂੰ ਦੇਖਣ। ਆ ਸੀ ਆਸਟ੍ਰਿਚ, ਇਹਦੀ ਜਿਹੜੀ ਗਰਦਨ ਹੁੰਦੀ ਆ ਬਹੁਤ ਹੀ ਪਤਲੀ ਜਿਹੀ ਹੁੰਦੀ ਆ, ਅਤੇ ਪੇਟ ਭਾਰੀ ਹੁੰਦਾ, ਅਤੇ ਉਵੇਂ ਉਸੇ ਤਰੀਕੇ ਨਾਲ ਲੱਤਾਂ ਪਤਲੀਆਂ ਹੁੰਦੀਆਂ ਨੇ, ਛੋਟਾ ਜਿਹਾ ਇਹਦਾ ਮੂੰਹ ਹੁੰਦਾ, ਬਟ ਜਿਹੜਾ ਪੇਟ ਆ ਉਹ ਜ਼ਿਆਦਾ ਵੱਡਾ ਹੁੰਦਾ। ਸੋ ਆਹ ਦੇਖ ਲਿਆ ਜੀ ਅਸੀਂ ਸਾਰੇ ਪਰਿਵਾਰ ਨੇ, ਦੇਖਦੇ ਦੇਖਦੇ ਆ ਰਹੇ ਨੇ। ਆਜੋ ਡੈਡੀ ਜੀ, ਦੇਖਣ ਜਾ ਰਹੇ ਹਾਂ ਇਮੂ, ਤੁਹਾਨੂੰ ਦਿਖਾਉਂਦੇ ਹਾਂ ਵੀਡੀਓ ਦੇ ਵਿੱਚ ਨੇ ਜੀ। ਇਮੂ ਆਰਾਮ ਕਰ ਰਹੇ ਨੇ, ਦੁਪਹਿਰ ਦਾ ਟਾਈਮ ਆ ਜੀ, ਝਾੜੀਆਂ ਚਲੁਕਦਾ ਵੀ ਮੈਨੂੰ ਕੋਈ ਦੇਖ ਨਾ ਲਵੇ, ਅੰਦਰ ਬੈਠਾ ਹੈਗਾ। ਜਿਵੇਂ ਜਵਾਕ ਨੀ ਸੰਗ ਜਾਂਦੇ ਹੈਗੇ ਜਦੋਂ ਘਰੇ ਕੋਈ ਰਿਸ਼ਤੇਦਾਰ ਆਉਂਦਾ ਜੀ। ਘੜਿਆਲ ਇਹ ਮਤਲਬ ਹਾਲੇ ਪਾਣੀ ਦੇ ਵਿੱਚ ਹੈਗੇ ਨੇ, ਤਲਾਬ ਦੇ ਵਿੱਚ ਅੰਦਰ ਲੁਕੇ ਬੈਠੇ ਨੇ, ਸਕਿਨ ਸਕਿਨ ਦਿਖ ਰਹੀ ਆ। ਤੇ ਕਰੋਕੋ, ਸਾਰੇ ਕਰੋਕੋਡਾਈਲ ਦੇ ਵਿੱਚ ਸਭ ਤੋਂ ਜ਼ਿਆਦਾ ਲੰਮੇ ਹੁੰਦੇ ਨੇ, ਉਹ ਬੈਠੇ ਆ ਦੇਖੋ। ਆਪਾਂ ਇੱਥੋਂ ਆਹ ਐਵੇਂ ਦੇਖ ਸਕਦੇ ਹਾਂ, ਆਹ ਸੀ ਜਿਹੜਾ ਆਹ ਵਾਲਾ, ਆਹ ਹੈਗਾ ਜੀ ਕਰੋਕੋਡਾਈਲ, ਤੁਹਾਨੂੰ ਦਿਖਾਉਂਦੇ ਹਾਂਗੇ ਕਿੱਥੇ ਪਿਆ ਹੈਗਾ। ਉਹ ਜੀ ਆਹ ਪਿਆ ਹੈਗਾ ਕਰੋਕੋਡਾਈਲ, ਸੁੱਤਾ ਵਿਚਾਰਾ ਛਾਵੇਂ, ਬਾਕੀ ਪਿੱਛੇ ਨੇਗੇ ਪਾਣੀ ਦੇ ਵਿੱਚ। ਪਾਣੀ ਇਹਨਾਂ ਦੇ ਵਾਸਤੇ ਤਾਂ ਭਰਿਆ ਜਾਂਦਾ ਤਾਂ ਕਿ ਇਹਨਾਂ ਨੂੰ ਗਰਮੀ ਨਾ ਲੱਗੇ। ਅਤੇ ਹੁਣ ਅੱਗੇ ਅਸੀਂ ਜਾਂਦੇ ਹਾਂ ਅਤੇ ਤੁਹਾਨੂੰ ਦਿਖਾਉਂਦੇ ਹਾਂ। ਉਹ ਦੇਖੋ ਜੀ ਜਿਹੜੇ ਛੋਟੇ ਛੋਟੇ ਪਏ ਨੇਗੇ, ਇਹ ਹੈਗੇ ਨੇ, ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਵਾਂ, ਦੇਖੋ ਜਿਹੜਾ ਸਿਰ ਉੱਪਰ ਜਿਨ ਚੱਕਦਾ ਹੈਗਾ, ਇਹ ਹੈਗੇ ਨੇ ਕਛੂਏ ਟੋਰਟੋਇਜ਼, ਅਤੇ ਇਹ ਇਹਨਾਂ ਦੇ ਘਰ ਬਣਾਏ ਹੋਏ ਨੇਗੇ ਗੁਫਾ ਜੀਆਂ, ਜਿਨ੍ਹਾਂ ਦੇ ਵਿੱਚ ਇਹ ਰਹਿੰਦੇ ਨੇਗੇ। ਆਹ ਦੇਖੋ
ਸੋ ਕਾਫੀ ਟਾਈਪਸ ਨੇ ਗਿਆ, ਇੱਕ ਬਲੈਕ ਹੋ ਗਏ, ਆ ਜਮਾ ਨਿੱਕੇ ਜੇ ਨੇ, ਇਹਨਾਂ ਦੇ ਜਵਾਕ ਜੇ ਨੇ, ਆ ਦੇਖੋ। ਹਾਂਜੀ ਹਾਂ, ਇਹ ਬਲੈਕ ਪੌਂਡ ਹੋਣਗੇ ਮੈਨੂੰ ਲੱਗਦਾ, ਬਲੈਕ ਪੌਂਡ ਟਰਟਲ, ਬਲੈਕ ਪੌਂਡ ਟਰਟਲ ਨੇ, ਕਾਲੇ ਕਾਲੇ ਨੇ। ਤੇ ਜਿਹੜੇ ਉਹ ਦੂਰ ਨੇ ਗੇ ਉਹ ਹੈਗੇ ਨੇ ਗੇ ਆਹ ਵਾਲੇ ਪਹੁੰਚ ਗਏ ਐਕੁਆਰੀਅਮ ਵਰਲਡ, ਤੇ ਇੱਥੇ ਦਿਖਾਵਾਂਗੇ ਤੁਹਾਨੂੰ ਸਾਰੇ ਪਾਣੀ ਵਾਲੇ ਜਾਨਵਰ, ਮੱਛੀਆਂ। ਇਸ ਤਰੀਕੇ ਦਾ ਜਿਵੇਂ ਘਾਹ ਨੇ ਉੱਗੇ ਹੋਏ ਨੇ, ਫੁੱਲ ਬੂਟੇ ਨੇਗੇ, ਬਾਕੀ ਜਿਹੜੀ ਇਹਨਾਂ ਦੀ ਕਟਿੰਗ ਆ ਉਹ ਇਹਨਾਂ ਨੇ ਹੈ ਨਾ ਪੀਕੋਕ ਸਟਾਈਲ ਦੇ ਵਿੱਚ ਕੀਤੀ ਹੋਈ ਆ ਪੇੜ ਪੌਦਿਆਂ ਦੀ। ਇਹ ਆਪਾਂ ਐਕੁਆਟਿਕ ਵਰਲਡ ਦੇ ਵਿੱਚ ਹੀ ਹਾਂ ਜੀ, ਸੋ ਆਪਾਂ ਉਹ ਰਸਤੇ ਦੇ ਰਾਹੀਂ ਜਾਵਾਂਗੇ ਜਿਹੜਾ ਮੈਂ ਤੁਹਾਨੂੰ ਉਹ ਜ਼ੂਮ ਕਰਕੇ ਦਿਖਾ ਰਹੀ ਹਾਂ, ਫਿਰ ਆਪਾਂ ਦੇਖਾਂਗੇ ਐਕੁਆਰੀਅਮ ਦੇ ਵਿੱਚ ਜਿੰਨੇ ਜਾਨਵਰ ਹੋਣਗੇ। ਸਾਰੇ ਇੱਧਰ ਟਿਕਟ ਚੈੱਕ ਕਰਵਾਉਣ, ਕਿਉਂਕਿ ਅਸੀਂ ਟਿਕਟਾਂ ਤਾਂ ਪਹਿਲੀ ਲੈ ਲਈਆਂ ਸੀ ਐਕੁਆਟਿਕ ਵਰਲਡ ਦੇ ਵਿੱਚ, ਸੋ ਟਿਕਟਸ ਚੈੱਕ ਕਰ ਆਉਂਦੇ ਨੇ, ਫਿਰ ਆਪਾਂ ਚੱਲਦੇ ਹਾਂ ਅੱਗੇ। ਡਿਫਰੈਂਟ ਟਾਈਪਸ ਦੀਆਂ ਕਲਰਫੁੱਲ ਫਿਸ਼ਿਜ਼ ਹੈਗੀਆਂ ਨੇ, ਕਹਿੰਦੇ ਪਾਣੀ ਦੇ ਵਿੱਚ ਕਰੰਟ, ਕਿਰਪਾ ਕਰਕੇ ਆਪਦਾ ਪਾਣੀ ਦੇ ਵਿੱਚ ਹੱਥ ਨਾ ਪਾਓ, ਕਿਉਂਕਿ ਸਾਰਾ ਕੁਛ ਬਿਜਲੀ ਦੇ ਵਿੱਚ ਚੱਲ ਰਿਹਾ। ਇਹ ਫਿਸ਼ ਦਾ ਨਾਮ ਹੈਗਾ ਜੀ ਔਸਕਰ, ਬਰੀਕ ਬਰੀਕ ਜਿਹੇ ਨੇ, ਉਹ ਸਾਈਜ਼ ਦੇ ਵਿੱਚ ਮਤਲਬ ਫਲੈਟ ਜਿਹੀਆਂ ਨੇ, ਲੰਮੀਆਂ ਜ਼ਿਆਦਾ ਦਿੰਦੀਆਂ ਨੇ, ਸੋ ਅਸੀਂ ਜ਼ਿਆਦਾ ਖੁਸ਼ ਹਾਂਗੇ, ਅਸੀਂ ਐਕੁਆਰੀਅਮ ਦੇਖਣ ਆਇਆਂਗੇ। ਇੱਥੇ ਬਿਲਕੁਲ ਛੋਟੀਆਂ ਛੋਟੀਆਂ ਮੱਛੀਆਂ ਨੇ, ਬਿਲਕੁਲ ਬਰੀਕ ਜਿਹੀਆਂ, ਕੰਕਰਾਂ ਵਾਂਗੂ ਨੇ, ਰੋੜਿਆਂ ਵਾਂਗੂ। ਸੋ ਇਹ ਜਿਉਂਦੇ ਜਾਗਦੇ ਟੋਰਟੋਇਸ ਨੇ ਜੀ, ਸੋ ਪਾਣੀ ਦੇ ਰਾਹੀਂ ਇਹਨਾਂ ਨੂੰ ਉਰੇ ਬਿਠਾਇਆ ਹੈ, ਕਿਵੇਂ ਬੈਠੇ ਨੇ ਚੁੱਪ ਚਾਪ। ਆਹ ਹੈਗੇ ਨੇ ਜੀ ਐਲੀਗੇਟਰ, ਦੇਖੋ ਐਡੇ ਵੱਡੇ ਵੱਡੇ ਹੁੰਦੇ ਨੇ, ਕਿਹੜੇ ਕਿਹੜੇ ਵੱਡੇ ਹੁੰਦੇ ਨੇ, ਐਡੀ ਐਡੀ ਅੱਖਾਂ, ਐਡੇ ਐਡੇ ਮੂੰਹ, ਮਤਲਬ ਕ੍ਰੋਕੋਡਾਇਲ ਤੋਂ ਘੱਟ ਨਹੀਂ ਵੀ। ਇਹ ਹੈਗਾ ਜੀ ਪਿਊਨੀਟਸ, ਬਿਲਕੁਲ ਛੋਟੀਆਂ ਛੋਟੀਆਂ ਨੇ, ਬਰੀਕ ਜੀਆਂ, ਆਹ ਕੰਮ ਠੀਕ ਆ, ਮਤਲਬ ਛੋਟੀਆਂ ਛੋਟੀਆਂ ਜੀ ਨੇ। ਇਹ ਹੈਗਾ ਜੀ ਡੈਨੀਸਨ ਬਾਰ ਫਿਸ਼, ਕੁਛ ਇਸ ਪ੍ਰਕਾਰ ਦੀਆਂ ਨੇ, ਮਤਲਬ ਮੀਡੀਅਮ ਸਾਈਜ਼ ਆ ਗਿਆ, ਅਤੇ ਇੱਕ ਤਰ੍ਹਾਂ ਜੈਲੀ ਦੀ ਤਰ੍ਹਾਂ ਲੱਗਦੀਆਂ ਨੇ, ਮਤਲਬ ਐਂ ਲੱਗਦੀਆਂ ਪੋਲੀਆਂ ਪੋਲੀਆਂ, ਮਤਲਬ ਟਰਾਂਸ ਲੂਸੈਂਟ ਵਰਗੀਆਂ ਨੇ, ਅਤੇ ਇਹਨਾਂ ਦੇ ਵਿੱਚ ਆਹ ਕਲਰ ਆ, ਅਤੇ ਏ ਸੀ ਵੀ ਚੱਲ ਰਿਹਾ, ਕਿਉਂਕਿ ਗਰਮੀ ਦਾ ਟਾਈਮ ਹੈ, ਸਾਰੇ ਐਗਜ਼ਾਸਟ ਫੈਨ ਲੱਗੇ ਹੋਏ ਨੇਗੇ, ਏ ਸੀ ਚੱਲ ਰਿਹਾ, ਠੰਡਕ ਹੈ। ਬਰੀਕ ਜਿਹੀਆਂ ਨੇ ਜੀ, ਬਰੀਕ ਜਿਹੀਆਂ, ਬਲੈਕ ਵਾਈਟ ਦਾ ਕੰਬੀਨੇਸ਼ਨ ਇਹਨਾਂ ਦਾ, ਬਲੈਕ ਵਾਈਟ। ਇਹ ਹੈਗੇ ਨੇ ਜੀ ਰੈਡ ਡਰੈਗਨ ਫਲਾਵਰ ਹੋਰਨ, ਸਿਰਫ ਇਹਦੇ 'ਚ ਇੱਕੇ ਫਿਸ਼ ਹੈ, ਆਹ ਦੇਖੋ ਕਿਹੋ ਜਿਹੀ, ਕਿੰਨੀ ਸੋਹਣੀ ਇਹਨਾਂ ਦੇ, ਆਪਣੀ ਕਿਵੇਂ ਦੇਖਦੀ ਹੈ। ਚਲੋ ਚੱਲੀਏ। ਇਹ ਨੇ ਜੀ ਸਿਲਵਰ ਡੋਲਰ ਫਿਸ਼, ਸਿਲਵਰ ਕਲਰ ਦੀਆਂ ਨੇ, ਦੇਖੋ ਕਿੰਨੀ ਸੋਹਣੀ, ਜਿਵੇਂ ਡੋਲਰ ਦਾ ਸਾਈਜ਼ ਹੁੰਦਾ ਉਸ ਤਰੀਕੇ ਦੀਆਂ ਤੁਹਾਨੂੰ ਦਿਖਣਗੀਆਂ, ਸੋ ਚੱਲਦੇ ਆਪਾਂ ਅੱਗੇ। ਜੀ ਟਾਈਗਰ ਬਾਰ, ਟਾਈਗਰ ਦਾ ਜਿਵੇਂ ਕਲਰ ਹੁੰਦਾ, ਰੰਗ ਰੂਪ ਹੁੰਦਾ, ਉਹ ਜਿਹੀਆਂ ਫਿਸ਼ਿਜ਼ ਨੇ, ਛੋਟੀਆਂ ਛੋਟੀਆਂ ਨੇ, ਬਹੁਤ ਵਧੀਆ ਲੱਗ ਰਹੇ। ਹਾਂਜੀ, ਸਪੋਟਡ ਸਕੈਟ, ਇਹ ਫਿਸ਼ਿਜ਼ ਦੇ ਵਿੱਚ ਸਪੋਟ ਲੱਗੇ ਹੋਏ ਨੇ, ਮਾਰਕ ਲੱਗੇ ਹੋਏ ਨੇ। ਫਿਸ਼ ਇਜ਼ ਨੋਨ ਐਜ਼ ਗ੍ਰੀਨ ਟੈਰਰ, ਆ ਇਸ ਪ੍ਰਕਾਰ ਦੀਆਂ ਫਿਸ਼ਿਜ਼ ਨੇ, ਲਾਈਟ ਗ੍ਰੀਨ ਜਾਂ ਔਰੇਂਜ ਦਾ ਪਿੱਛੋਂ ਸ਼ੇਡ ਕਲਰ ਹੈ, ਸੋ ਬਹੁਤ ਹੀ ਖੂਬਸੂਰਤ ਨੇ ਜੀ। ਉਸ ਲਾਰਿਸ਼ ਕਲਾਨ ਫਿਸ਼, ਸੋ ਇਸ ਪ੍ਰਕਾਰ ਦੀਆਂ ਨੇ, ਸਮੁੰਦਰੀ ਤਲ ਦੇ ਬਿਲਕੁਲ ਥੱਲੇ ਹੁੰਦੀਆਂ ਨੇ ਹੀ, ਸੋ ਮੈਂ ਤੁਹਾਨੂੰ ਦਿਖਾਉਂਦੀ ਹਾਂ ਕੁਛ ਸ਼ੇਪ ਇਹਨਾਂ ਦੀ, ਬਹੁਤ ਸੋਹਣੀ ਇਹਨਾਂ ਦੀ ਸ਼ੇਪ ਜੀ, ਬਹੁਤ ਸੋਹਣਾ ਕਲਰ ਕੰਬੀਨੇਸ਼ਨ ਵੀ ਓਕੇ ਹੈ। ਯੈਲੋ ਟੇਲ ਬਲੂ ਡੈਮਸੋ, ਇਹ ਕੁਛ ਬਲੂ ਕਲਰ ਦੀਆਂ ਨੇ ਜੀ, ਪਰਪਲ ਸ਼ੇਡ 'ਚ ਆ ਗਈਆਂ ਫਿਸ਼ਿਜ਼, ਬਹੁਤ ਸੋਹਣੀਆਂ ਨੇ। ਗੋਲਡ ਫਿਸ਼ ਨੇ ਜੀ, ਬਹੁਤ ਸੋਹਣੀਆਂ ਨੇ, ਚਲੋ ਚੱਲਦੇ ਹਾਂ ਆਪਾਂ ਅੱਗੇ। ਹੈਗੇ ਨੇ ਜਾਂਟ ਗੋਰਾਮੀ, ਜਾਂਟ ਗੋਰਾਮੀ ਬਹੁਤ ਏਡੀਆਂ ਵੱਡੀਆਂ ਫਿਸ਼ ਨੇ, ਕਿੱਡੀਆਂ ਵੱਡੀਆਂ ਨੇ, ਪੱਥਰ ਤੋਂ ਘੱਟ ਨਹੀਂ ਹੈਗੀਆਂ, ਜਿਵੇਂ ਚਿੱਟੇ ਚਿੱਟੇ ਪੱਥਰ ਹੁੰਦੇ ਨੇ, ਇਹਨਾਂ ਦੇ ਬਰਾਊਨ ਬਰਾਊਨ ਜਿਹੀਆਂ ਅੱਖਾਂ ਨੇ, ਸਾਰੀਆਂ ਗੋਰੀਆਂ ਗੋਰੀਆਂ, ਆਹ ਸੀ ਮੂੰਹ ਦੇਖੋ ਜੀ। ਇਰੀਡੀਸੈਂਟ ਸ਼ਾਕ, ਇਹਨਾਂ ਦੀਆਂ
ਅੱਖਾਂ ਤਾਂ ਐਂ ਲੱਗ ਗਈਆਂ ਨੇ ਜਿਵੇਂ ਕੱਢ ਕੇ ਸਾਈਡ 'ਤੇ ਲਾਈਆਂ ਹੁੰਦੀਆਂ ਨੇ, ਐਡੀਆਂ ਮੋਟੀਆਂ ਮੋਟੀਆਂ ਜਿਹੀਆਂ ਲੱਗ ਰਹੀਆਂ ਨੇ, ਐਂ ਲੱਗਦਾ ਜਿਵੇਂ ਖਾਣ ਨੂੰ ਆਉਂਦੀਆਂ ਨੇ। ਸਿਚਲਿਟਸ ਬਹੁਤ ਛੋਟੀਆਂ ਛੋਟੀਆਂ ਨੇ, ਇਹਨਾਂ ਦੇ ਵਿੱਚ ਮਤਲਬ ਹਰ ਇੱਕ ਤਰ੍ਹਾਂ ਦਾ ਸਾਈਜ਼ ਆ, ਕੋਈ ਵੱਡੀ ਆ ਕੋਈ ਛੋਟੀ ਆ, ਸੋ ਬਹੁਤ ਸੋਹਣੀਆਂ ਨੇ, ਖੂਬਸੂਰਤ ਨੇ। ਆਪਾਂ ਚੱਲਦੇ ਹਾਂ ਅੱਗੇ। ਪਾਈਮਾ ਨਾਂ ਦੀ ਫਿਸ਼ ਹੈਗੀ ਜੀ, ਸਿਰਫ ਇੱਕ ਹੀ ਤੁਹਾਨੂੰ ਦੇਖਣ ਨੂੰ ਮਿਲੂਗੀ। ਦੇਖੋ ਕਿੰਨਾ ਸੋਹਣੀਆਂ ਨੇ, ਇੱਕ ਜਾਂ ਦੋ ਇੰਨਾ ਸੋਹਣੀਆਂ ਨੇ, ਐਂ ਲੱਗਦਾ ਲਿਸ਼ਕਦੀਆਂ ਨੇ, ਲਿਸ਼ਕਦੀਆਂ। ਹਾਂ, ਕਲਰ ਕੀਤਾ ਹੋਵੇ, ਅੱਖਾਂ ਵੀ ਇਹਨਾਂ ਦੀ ਦੇਖੋ ਕਿੱਡੀ ਕਿੱਡੀਆਂ ਨੇ, ਕਿੰਨੀ ਝਾਕਦੀਆਂ ਨੇ। ਪਰ ਤਾਂ ਪਿੱਛੋਂ ਇਹੋ ਜਿਹੀ ਨੇ ਬਸ, ਸਿਕਲੇ ਕੁਛ ਇਸ ਪ੍ਰਕਾਰ ਦੀਆਂ ਨੇ ਜੀ। ਇਹਨਾਂ ਦੇ ਤੋਂ ਚੱਬੇ ਜੇ ਕੱਢੇ ਪਏ ਨੇਗੇ, ਕੋਕਾਂ ਨੇ ਵੀ ਕਹਿੰਦੇ। ਗੋਸਟ ਨਾਈਫਿਸ਼ ਜਿਵੇਂ ਆਪਣਾ ਚਾਕੂ ਹੁੰਦਾ, ਇਹਨਾਂ ਦੇ ਥੱਲੋਂ ਪਰ ਨੇ ਉਸ ਤਰ੍ਹਾਂ ਦੇ ਨੇ, ਆਹ ਦੇਖੋ ਇਹ ਨੇ, ਹੈ ਨਾ। ਅਤੇ ਡਰਾਵਣੀਆਂ ਲੱਗਦੀਆਂ ਨੇ, ਬਰੀਕ ਜਿਹੀ ਨੇ, ਕੋਈ ਐਡੀ ਗੱਲ ਹੈ ਨਹੀਂ। ਪੈਰਾਟ ਸਿਕਲੇਟ ਇਹ ਔਰੇਂਜ ਔਰੇਂਜ ਨੇ, ਇਹਦੇ ਵਿੱਚ ਵੀ ਕੋਈ ਵੱਡੀ ਆ ਕੋਈ ਛੋਟੀ ਹੈ, ਕੁਛ ਮਾਂ ਪਿਓ ਹੋਣਗੇ, ਕੁਛ ਉਹਨਾਂ ਦੇ ਬੱਚੇ ਹੋਣਗੇ। ਮੂੰਹ ਦੇਖੋ ਕਿਵੇਂ ਕਰਦੀ ਹੈ ਇਹ, ਮੋਟੋ ਜੀ ਫਿਸ਼। ਤੁਹਾਨੂੰ ਹੋਰ ਦਿਖਾਉਂਦੇ ਹਾਂ, ਜੈਗੋਰ ਹੁੰਦਾ ਤੁਸੀਂ ਨੌ ਗੱਡੀਆਂ ਦਾ ਸੁਣਿਆ, ਆਹ ਸੀ ਜੈਗੋਰ ਅਸਲ। ਕਲਾਸਿਕ ਜੀ ਲੱਗਦੀ, ਉਹ ਤਾਂ ਪੂਰੀ ਸੋਹਣੀ ਲੱਗਦੀ ਹੈ, ਮਤਲਬ ਜਿਵੇਂ ਚੱਬ ਕੱਢੇ ਪਏ ਨੇ, ਜਿਵੇਂ ਇਹਨਾਂ ਦਾ ਕੋਈ ਕੱਪੜਾ ਰਜਾਈ ਜੀ ਲਈ ਹੁੰਦੀ ਆ ਜੀ। ਸਿਲਵਰ ਸ਼ਾਰਕ, ਸਿਲਵਰ ਕਲਰ ਦੀ ਆ, ਕੋਈ ਸ਼ਾਰਕ ਦਾ ਮੈਨੂੰ ਤਾਂ ਕੁਛ ਲੱਗਦਾ ਨਹੀਂ, ਇਹਦੇ ਵਿੱਚ ਮੱਛਲੀਆਂ ਵਰਗੀਆਂ ਹੀ ਨੇ। ਸਿਲਵਰ ਅਰੋਵਾਨਾ, ਸੋ ਲੰਮੀਆਂ ਲੰਮੀਆਂ ਨੇ, ਕੁਛ ਲੰਮੇ ਸਟਾਈਲ ਦੀਆਂ ਵੀ ਹੁੰਦੀਆਂ ਨੇ, ਨੱਕ ਬੁੱਲ ਜੇ ਕੱਢ ਰਹੀ ਨੇ, ਬਹੁਤ ਸੋਹਣੀਆਂ ਨੇ। ਇਹ ਤਾਂ ਮੈਨੂੰ ਲੱਗਦਾ ਕੋਈ ਵੱਡਾ ਬਾਬਾ ਜਿਹਾ ਲੱਗਦਾ ਹੁੰਦਾ। ਤੁਹਾਨੂੰ ਏਂਜਲ ਫਿਸ਼ ਨੇ ਜੀ, ਆਹ ਇਹ ਪਿਆਰੀਆਂ ਪਿਆਰੀਆਂ ਨੇ, ਛੋਟੀਆਂ ਛੋਟੀਆਂ, ਇਹ ਤਾਂ ਤੁਹਾਨੂੰ ਵਧੀਆ ਵੀ ਲੱਗ ਰਹੀਆਂ ਨੇ। ਪਿਰਾਨਾ, ਸੋ ਦੇਖੋ ਐਡੀਆਂ ਵੱਡੀਆਂ ਨੇ, ਭਰਕਮ ਭਾਰੀ, ਹੁਣ ਦੇਖਣ ਨੂੰ ਭਾਰੀ ਲੱਗਦੀਆਂ ਨੇ। ਹੁਣ ਜੇ ਆਪਾਂ ਇਹਨਾਂ ਦਾ ਦੇਖੀਏ ਮੂਹਰੋਂ ਤਾਂ ਹੈਗੀਆਂ ਤਾਂ ਬਰੀਕ ਜੀ ਨੇ, ਫਲੈਟ ਸਾਈਡਾਂ ਤੋਂ ਹੀ ਇਹਨਾਂ ਸਰੀਰ ਵੱਡਾ ਲੱਗਦਾ। ਡਿਟੇਲ ਕੈਟ ਫਿਸ਼, ਤਾਂ ਕੈਟ ਵਾਂਗੂ ਇਹਨਾਂ ਦੇ ਮੁੱਛਾਂ ਤਾਂ ਹੈਗੀਆਂ ਨੇ, ਬਟ ਰੈੱਡ ਨਾ ਉਹਦਾ ਕੋਈ ਗੱਲਬਾਤ ਹੈ ਨਹੀਂ, ਬਲੈਕ ਐਂਡ ਵਾਈਟ ਹੀ ਨੇ ਜੀ, ਵਧੀਆ ਨੇ। ਇੱਕ ਹੈਡ ਮੂਰੀਅਲ ਫਿਸ਼, ਸੋ ਕੁਛ ਇਸ ਪ੍ਰਕਾਰ ਦੀਆਂ ਨੇ, ਚੁੱਪ ਚਾਪ ਨੇ, ਉੱਡੀ ਜਾਂਦੀਆਂ ਨੇ, ਸੋ ਬਰਾਊਨ ਕਲਰ ਦੀਆਂ ਇਹ ਫਿਸ਼ਿਸ ਹੁੰਦੀਆਂ ਨੇ, ਸੋ ਦੇਖ ਸਕਦੇ ਹੋ। ਟਿਨ ਫੋਇਲ ਬਾਬ ਨੇ ਜੀ, ਇਹ ਬੜੀਆਂ ਕਲਾਸੀ ਜੀ ਹੈਗੀਆਂ, ਚਮਕੀਲੀਆਂ ਨੇ, ਐਲਾ ਜਿਵੇਂ ਕੋਈ ਰੰਗ ਕਰਿਆ ਹੁੰਦਾ ਗੋਲਡ ਕਲਰ ਦਾ, ਬਹੁਤ ਖੂਬਸੂਰਤ ਨੇ ਜੀ। ਪਲੈਟੀਨਮ ਏਂਜਲ, ਏਂਜਲ ਜਿਵੇਂ ਰੱਬ ਦਾ ਫਰਿਸ਼ਤਾ, ਸੋ ਇਹ ਨਿੱਕੀਆਂ ਨਿੱਕੀਆਂ ਨੇ, ਪਰਾਂ ਵਰਗੀਆਂ ਨੇ, ਕੋਈ ਭਾਰ ਜਿਹਾ ਮੈਨੂੰ ਇਹਨਾਂ ਦਾ ਲੱਗਦਾ ਨਹੀਂ, ਚਲੋ ਚੱਲੀ, ਬਹੁਤ ਸੋਹਣੀਆਂ ਨੇ ਜੀ। ਬੈਂਡਡ ਸਿਚਿਲਡ ਐਂਡ ਸੈਵਰਮ, ਸੋ ਕੁਛ ਇਸ ਪ੍ਰਕਾਰ ਦੀਆਂ ਫਿਸ਼ਿਸ ਨੇ, ਇਹ ਮਤਲਬ ਤੰਗ ਨਹੀਂ ਕਰਦੇ ਮੈਨੂੰ ਤਾਂ, ਇਸ ਹਿਸਾਬ ਨਾਲ ਲੱਗਦਾ ਹੈ, ਮਤਲਬ ਕਲਰ ਇਹਨਾਂ ਜਿਹੜਾ ਕਲਰ ਆ ਫਿਸ਼ ਦਾ ਬਹੁਤ ਹੀ ਵਧੀਆ ਸੂਦਿੰਗ ਜਿਹਾ। ਸੋ ਇੱਧਰ ਆ ਗਿਆ ਜੀ ਆਪਣਾ ਗਰਾਸ ਕਾਰਪ, ਆਪਾਂ ਦੇਖ ਸਕਦੇ ਹਾਂ, ਆਹ ਸੀ ਇੱਕ ਪਾਸੇ ਇਕੱਠੀਆਂ ਹੋਈਆਂ ਫਿਰਦੀਆਂ ਨੇ, ਝੁੰਡ ਜਿਹਾ ਬਣਾ ਰੱਖਿਆ, ਯੂਨੀਅਨ ਇਹਨਾਂ ਦੀ ਪੂਰੀ, ਮਤਲਬ ਆਮ ਫਿਸ਼ਿਸ ਉਰੇ ਲਾਈਆਂ ਹੋਈਆਂ ਨੇ, ਐਂ ਨਹੀਂ ਪਤਾ ਲੱਗ ਰਿਹਾ ਵੀ ਕੌਣ ਨੇ ਕੀ ਨਾਮ ਹੈ, ਆ ਤਾਂ ਪਤਾ ਇਹਨਾਂ ਦਾ ਕੋਈ ਨਹੀਂ। ਸੋ ਆਹ ਦੇਖੋ ਇਹਨਾਂ ਦਾ ਆਪਾਂ ਦੇਖਦੇ ਹਾਂ ਕੀ ਨਾਮ ਥੇ ਆ। ਔਰੇਂਜ ਕਾਰਪ, ਮਿਲਕੀ ਕਾਰਪ, ਔਰੇਂਜ ਕਾਰਪ ਵੀ ਨੇ ਜੀ, ਆਹ ਮਿਲਕੀ ਹੋਣੀ ਆ ਮੇਰੇ ਹਿਸਾਬ ਨਾਲ, ਮਿਲਕੀ ਕਾਰਪ। ਅਸੀਂ ਉੱਥੇ ਫੇਰ ਦੁਆਰ ਤੋਂ ਪਹੁੰਚ ਚੁੱਕੇ ਹਾਂ ਅਤੇ